ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਜਾ ਸਾਂਸੀ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਏਅਰਪੋਰਟ ਦੇ ਬਿਲਕੁਲ ਨਾਲ ਹੀ ਘਰ ਆ ਜਿਹੜਾ ਵੀਰ ਜੀ ਹੁਣਾਂ ਦਾ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਮੱਝ ਅਤੇ ਦੋ ਗਾਵਾਂ, ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ। ਅਤੇ ਹੈਪੀ ਵੀਰ ਕੋਲ ਆਪਾਂ ਆਏ ਹਾਂ ਅਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਚੜ੍ਹਦੀ ਕਲਾ ਵੀਰ ਜੀ। ਵਿਕ ਗਿਆ ਉਹਦੇ ਨਾਲ ਮਾਲ ਫਿਰ? ਮਾਲ ਮਿੰਟੋ ਮਿੰਟ ਲੈ ਗਿਆ ਵੀਰ ਜੀ। ਅਤੇ ਚਲੋ ਫਿਰ ਨਾਮ ਦੱਸ ਦਿਓ ਇੱਕ ਵਾਰੀ। ਨਾਮ ਮੇਰਾ ਹੈ ਪੀਏ, ਪਿੰਡ ਰਾਸਨ ਸੀ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਹੀ ਬੋਲਦੇ ਇੱਕ? 99888-2899। ਠੀਕ ਆ। ਅਤੇ ਅੱਜ ਇੱਕ ਮਾਈ ਤੇ ਦੋ ਗਾਵਾਂ, ਹੈ ਨਾ? ਹਾਂਜੀ, ਦੋ ਗਾਵਾਂ ਜੀ। ਚਲੋ ਫਿਰ ਇਹਦੇ ਲੱਗ ਮਾਈ ਤੋਂ ਸ਼ੁਰੂ ਕਰ ਲਈਏ। ਹਾਂਜੀ, ਕਿੰਨਾ ਚਿਰ ਹੋ ਗਿਆ ਜਿੰਨਾ ਸੂਈ ਨਾ? ਇਹ ਮੱਝ ਵੇਖ ਲਓ ਜੀ, ਆਹ ਬੱਚਾ ਜੇ ਮਹੀਨਾ ਅੰਦਰ ਹੀ ਹੋ। ਆਹ ਵਾਲਾ ਬੱਚਾ ਜੀ? ਮਗਰ ਕੱਟੀ ਜੇ? ਕੱਟੀ ਜੇ ਮਗਰ। ਆਹ ਕੱਟੀ ਆ। ਤੇ ਦੁੱਧ ਪੱਕਾ ਕਿੰਨਾ ਤਿਆਰ ਜੇ? ਮੈਂ ਕੋ 10 ਲੀਟਰ ਜੇ। ਅੱਛਾ, ਜੇ ਆਪਣਾ ਵੀਰ ਕੋਈ ਆਨਲਾਈਨ ਮੰਗਾਊਗਾ ਤੇ 9 ਲੀਟਰ ਦੀ ਆਪਾਂ ਗਾਰੰਟੀ ਦੇਵਾਂਗੇ। ਪੱਕਾ ਦੁੱਧ ਜਿਹੜਾ ਹੋਊਗਾ ਤੇ 10 ਲੀਟਰ ਚਵਾਵਾਂਗੇ। ਮਤਲਬ 9-10 ਲੀਟਰ ਦੁੱਧ ਹੈਗਾ ਵਾ ਕੇ ਤੋਰ ਦੋ ਫਿਰ ਇੱਕ ਵਾਰੀ ਨਾ। ਬਾਕੀ ਇਹ ਵੀ ਜੇ ਸਵੇਰੋ ਸਵੇਰ ਦਾ ਟਾਈਮ ਹੈ, ਅਜੇ ਪੂਰੀਆਂ ਰੱਜੀਆਂ ਰੁੱਜੀਆਂ ਨਹੀਂ ਆ। ਲੈ ਜਾਓ ਜੀ। ਬਾਕੀ ਉਹ ਨਾਲ ਆਪਾਂ ਦੇਖ ਸਕਦੇ, ਨਾਲ ਹੀ ਏਅਰਪੋਰਟ ਹੈ ਜਿਹੜੀ, ਉਹ ਕੰਧ ਆਪਾਂ ਏਅਰਪੋਰਟ ਦੀ ਦੇਖ ਸਕਦੇ ਸਾਹਮਣੇ। ਏਅਰਪੋਰਟ ਦੇ ਨਾਲ ਹੀ ਘਰ ਆ ਜਿਹੜਾ ਵੀਰ ਜੀ ਇਹਨਾਂ ਦਾ। ਬਾਕੀ ਥੱਲਿਓਂ ਚੰਗੀ ਖੁੱਲ੍ਹੀ ਆ, ਕੱਦ ਕਾਠ ਵੀ ਚਲੋ ਠੀਕ ਆ। ਅਤੇ ਹਸਾਨ ਵੀ ਦੇਖ ਸਕਦੇ, ਚੰਗਾ ਲੱਗਾ। ਅਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਹੈ? ਮੁੱਲ ਵਿੱਚ 75 ਕਰ ਲਈਏ ਜੀ। 75 ਤਾਂ ਜ਼ਿਆਦਾ ਜੀ। 70 ਦੇ ਦਈਏ, ਕਰੀਏ ਕੋਈ ਮਾਣ ਮਤਾਨ। 65 ਤੇ ਦੇ ਦਈਏ, ਦੇ ਦਈਏ 65 ਚ। ਹਾਂ ਨਾ ਜੀ, 62000 ਦੀ ਮੈਂ ਦੇ ਦਾਂ। ਅੱਛਾ, ਹਾਂਜੀ ਹਾਂ ਨਾ, 62000। ਜੇ ਕੋਈ ਫੋਨ ਕਰੂਗਾ ਤਾਂ ਮਾਨਤਾਨ ਕਰ ਲਾਂਗੇ, ਕਰ ਦੋਗੇ ਮਾਨਤਾਨ ਵਿੱਚੋਂ? ਠੀਕ ਹੈ ਜੀ, ਠੀਕ ਹੈ। ਅਤੇ ਹੁਣ ਇੱਕ ਆ ਜਰਸੀ ਆ ਤੁਹਾਨੂੰ ਦਿਖਾਉਣੀ, ਚੰਗੇ ਰਿਕਾਰਡ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਹੈ। ਚਿਹਰਾ ਆਪਾਂ ਦੇਖ ਸਕਦੇ, ਬੜਾ ਪਿਆਰਾ ਵਾ ਇਹਦਾ, ਖੂਬਸੂਰਤ ਜਰਸੀ ਆ। ਅਤੇ ਆ ਥੱਲਿਓਂ ਵੀ ਦੇਖ ਸਕਦੇ, ਚੰਗੀ ਬਣਦੀ ਆ, ਗਾਹ ਨੂੰ ਵੀ ਚੰਗੀ ਆ ਅਤੇ ਪਛਾਣ ਵੀ ਚੰਗੀ ਆ, ਮਿਲਕਵੇ ਨੂੰ ਵੀ ਚੰਗੀ ਲੱਗੀ ਹੈ। ਦੱਸ ਦਈਏ ਵੀਰ ਜੀ ਇਹਦੇ ਬਾਰੇ ਵੀ? ਇਹ ਵੀਰ ਜੀ ਜਰਸੀ ਹੈਗੀ ਜੀ ਪੰਜਾਬ ਦੀ। ਹਾਂਜੀ, ਦੂਜਾ ਸੂਆ ਸੁਣਾ ਜੇ ਨੇ, ਠੀਕ ਹੈ। ਆਪਾਂ ਲਈ ਆ ਗੱਭਣ, 4 ਥਣਾਂ 'ਚ ਲਈ। ਅੱਛਾ, ਅਤੇ ਅਗਲਾ ਥਣ ਦੇ ਵਿੱਚ ਨਾ ਦੁੱਧ ਜੰਮਿਆ ਹੁੰਦਾ ਜੀ, ਹੁਣ ਤਿੱਲਰ ਕੱਢ ਕੇ ਦੇਣੀ ਆ। ਅੱਛਾ, ਬਾਕੀ ਰਿਕਾਰਡ ਵਾਲੀ ਆ, ਪਹਿਲੇ ਸੂਏ ਬੱਛੀ ਨੇ 22-23 ਕਿਲੋ ਦੁੱਧ ਭਰਿਆ ਫਾਰਮ 'ਚੋਂ ਲਈ। ਠੀਕ ਆ। ਅਤੇ ਹੁਣ ਵੇਖੋ ਵੀ ਤਿੰਨਾਂ ਦੇ ਵਿੱਚੋਂ 15-16 ਕਿਲੋ ਕਰੀ ਜਾਣਾ। ਜਿਹੜਾ ਮਤਲਬ ਕਿ ਉਤਰਾ ਚੀਪਾ ਹੁੰਦਾ ਉਹ ਥਣ 'ਚੋਂ ਕਿ ਨਹੀਂ? ਨਹੀਂ, ਜੰਮਿਆ ਹੁੰਦਾ ਜੀ। ਜੰਮ ਗਿਆ, ਜੰਮਿਆ ਦੁੱਧ ਹੁੰਦਾ ਜਿਤਨਾ। ਚਲੋ ਠੀਕ ਹੈ, ਤਿੰਨਾਂ ਜੀ ਆਪਾਂ ਦੇਣੀ ਆ ਨਾ। ਠੀਕ ਹੈ, ਤੋਰੋ ਫਿਰ ਇੱਕ ਵਾਰੀ ਨਾ। ਬਾਕੀ ਬੱਚੀ ਚੰਗੀ ਆ, ਅਜੇ ਸੁਣਦੀ ਨਹੀਂ ਆ, ਬਣੂ ਚੰਗੀ ਆ, ਅਜੇ ਤਿਆਰ ਹੋਣੀ ਆ ਅਜੇ, ਅਜੇ ਤਾਂ ਸ਼ਹਿਦ ਹੀ ਆਉਣ ਡਿਆ। ਬਾਕੀ ਸੋਹਣੀ ਜਰਸੀ ਆ ਜਿਹੜੀ, ਵੱਡੀ ਆ, ਨਿੱਗਰ ਜਰਸੀ। ਬਾਕੀ ਉੱਧਰ ਇਹ ਹੈ ਕਿ ਹਵਾਨਾ ਬਰਾਬਰ ਆ ਸਾਰਾ। ਲੈ ਜਾ, ਬਾਕੀ ਹਵਾਨਾ ਗਾਹ ਨੂੰ ਚੰਗਾ ਭਰ ਲੈਂਦੀ ਹੈ ਹਲੇ।
ਹਵਾਨਾ ਗਾਹ ਨੂੰ ਚੰਗਾ ਭਰਨ ਦੀ ਅਤੇ ਹਵਾਨਾ ਪਛਾਣ ਨੂੰ ਚੰਗਾ ਭਰਨਾ ਹੀ ਨਾ ਢਿੱਲਾ ਢੁੱਲਾ ਜੇ ਹਵਾਨੇ ਕਾਫੀ ਕਿਹੜਾ ਥਾਂ ਜੇ ਵਧੀਆ ਤਾਂ ਬਣਦਾ ਅਗਲਾ ਪਰਲਾ ਅੱਛਾ ਬੈਣੀ ਵਾਲ ਦਾ ਅਗਲਾ ਥਾਂ ਬਾਕੀ ਤਿੰਨਾਂ ਦੀ ਆਪਣੀ ਫੁੱਲ ਗਰੰਟੀ ਅਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਲਈ ਬੜੀ ਉੱਚੀ ਆ ਪੈਂਤੀ ਦੇ ਦੇਈਏ ਦੇਣ ਲੈਣ ਵਾਲੀ ਗੱਲ ਕਰੀਏ ਜਿਹੜੀਆਂ 30 ਦੇ ਦੇਣਾ 30 ਦੀ ਦੇ ਦੇਈਏ ਪੂਰੀ 30 ਹਜ਼ਾਰ ਦੀ ਪੂਰੀ ਦੇ ਦੇਣਾ ਠੀਕ ਹੈ ਜੀ ਬਾਕੀ 30 ਦੀ ਕੋਈ ਵੀਰ ਨੂੰ ਮਹਿੰਗੀ 15 16 ਕਿਲੋ ਵਛੀ ਨੇ ਭਰੀ ਜਾਣਾ ਫਾਰਮ 'ਚੋਂ ਲਈ ਆਪਾਂ ਠੀਕ ਹੈ ਜੀ ਸਾਰਾ ਰਿਕਾਰਡ ਇਹਦਾ ਆਪਣੇ ਕੋਲੋਂ ਲਈ ਸਲਾਹ ਠੀਕ ਹੈ ਬਾਕੀ ਕੱਦ ਕਾਠ ਵੀ ਆਪਾਂ ਦੇਖ ਸਕਦੇ ਚੰਗਾ ਹੈ ਹਜੇ ਸੁੰਦੀ ਨਹੀਂ ਹੈ ਹਜੇ ਤਾਂ ਥੱਲਿਆਂ ਵੀ ਚੰਗੀ ਭਰਨੀ ਜਰਸੀਆਂ ਦੇ ਹਿਸਾਬ ਨਾਲ ਚਲੋ ਕੱਦ ਠੀਕ ਆ ਅਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਇਹ ਤੋਕੜੀ ਆ ਇਹਦੇ ਕੋਲ ਦੁੱਧ ਕਿੰਨਾ ਹੈ ਇਹਦੇ ਕੋਲ ਦੁੱਧ ਵੀ ਜੀ ਜਿਹੜੇ ਦੋ ਟਾਈਮ ਆਪਾਂ ਚੋਈਏ ਫਿਰ ਦੁੱਧ ਬਸ ਇਹਦੀ ਉਹ ਇੱਕੋ ਟਾਈਮ ਚ ਹੁੰਦੇ 5 ਕਿਲੋ ਦੁੱਧ ਆਪਾਂ ਮਤਲਬ ਵੀ ਅੱਛਾ 5 ਕਿਲੋ ਦੁੱਧ ਦਿੰਦੀ ਪਹਿਲੇ ਸੂਏ ਜੇ ਤੇ ਦੂਜੇ ਸੂਏ ਗਾਂ ਗੱਭਣ ਵੀ ਹੋਈ ਆ ਅੱਛਾ ਮਹੀਨਾ ਹੋਇਆ ਟੀਕਾ ਲੱਗੇ ਚੈੱਕ ਪਾਸ ਨਹੀਂ ਆ ਨਹੀਂ ਚੈੱਕ ਪਾਸ ਨਹੀਂ ਤੋੜ ਦੋ ਫਿਰ ਇਹਨੂੰ ਬਾਕੀ ਕਿਸਮਤ ਵੀਰ ਦੀ ਕਿਸੇ ਨਿਕਲ ਆਵੇ ਠੀਕ ਜੀ ਬਾਕੀ ਇਹ ਦੰਦਾਂ ਜੀ ਹੋ ਗਏ ਮੇਰੇ ਸਾਹਮਣੇ ਗੀ ਆ ਜਿਹੜੀ ਗੀ ਜੇ ਹਾਂਜੀ ਆ ਬਈ ਠੀਕ ਲੈ ਜਾ ਦੁੱਧ ਜਿਹੜਾ 5 ਕਿਲੋ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਤੇ ਦੁੱਧ ਦਾ ਵੀ ਜੀ ਜੇ ਵੀਰ ਕੋਈ ਭਰਾ ਖੜ ਕੇ ਦੋ ਟਾਈਮ ਕਰਦੇ ਦੁੱਧ ਵੱਜੂਗੀ ਤੁਹਾਨੂੰ ਪਤਾ ਇੱਕ ਟਾਈਮ ਫਿਰ ਹਾਂਜੀ ਆ ਫਰਕ ਤਾਂ ਪੈਂਦਾ ਹੀ ਆ ਉਹਨਾਂ ਨੇ ਐਲਰਜੀ ਜੀ ਕਰਕੇ ਥੋੜਾ ਜਿਹਾ ਬਾਕੀ ਥਾਂ ਤੁਹਾਨੂੰ ਵਧੀਆ ਲੱਗਾ ਥਾਂ ਚੰਗਾ ਲੱਗਾ ਤਰ ਇਹਦੇ ਕੋਲ ਚੰਗੇ ਗੈਪ ਤੇ ਥਾਂ ਤੇ ਕਿੰਨਾ ਫਿਰ ਮੁੱਲ ਇਹਦਾ ਇਹਦਾ ਮੁੱਲ 15,000 ਜੀ 15,000 ਕਰਨਾ ਕੋਈ ਚਮਾਨ ਤਾਂ 13,000 ਦੀ ਦੇ ਦਾਂਗੇ ਅੱਛਾ 13 ਦੇ ਦੋਗੇ ਹੋਰ ਛੋਟ ਕਰ ਦੋਗੇ ਮੌਕੇ ਤੇ 12,000 ਦੀ ਦੇ ਦਾਂਗੇ ਚਲੋ ਬਾਕੀ ਕੋ ਫੋਨ ਲਾ ਵੇ ਕਰੀ ਨਾ ਮਾਨਤ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਜਿਹੜੀਆਂ ਵਾ ਮੱਝ ਦੇ ਵੀ ਆਪਣੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਉਹਦੀ ਵੀ ਦੋ ਟਾਈਮ ਚੋਲੋ ਤੇ ਆ ਗੱਭਣ ਆਪਣੀ ਪਾਸ ਕਰਕੇ ਵੇਸ ਚਾਹ ਕੇ ਫੇਰ ਹੀ ਖੜੋ ਜੀ